ਸੁਖਬੀਰ ਸਿੰਘ ਬਾਦਲਪੁਰਾ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਦੀ ਮੁਆਫੀ ਜਿਹੜੀ ਹੈ ਅੱਜ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਉਹ ਮੰਗ ਲਈ ਹੈ। ਇਸ ਤੋਂ ਬਾਅਦ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਆ ਕਿ ਪੰਜਾਬ ਦੀ ਸਿਆਸਤ ਦੇ ਅੰਦਰ ਕੀ ਸੁਖਬੀਰ ਸਿੰਘ ਬਾਦਲਪੁਰਾ ਦੀ ਇਸ ਮੰਗੀ ਮੁਆਫੀ ਤੋਂ ਬਾਅਦ ਪੰਜਾਬੀ ਵੱਡਾ ਦਿਲ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਪੰਜਾਬੀ ਮੁੜ ਗਲੇ ਲਾ ਲੈਣਗੇ? ਇਸ ਤੇ ਜਿਹੜੀ ਆ ਗੱਲਬਾਤ ਕਰਨੀ ਹੈ ਕਿ ਇਸ ਮਾਫੀ ਦਾ ਪੰਜਾਬੀਆਂ ਤੇ ਪੰਜਾਬ ਦੀ ਸਿਆਸਤ ਤੇ ਕੀ ਅਸਰ ਜਿਹੜਾ ਉਹ ਪਏਗਾ। ਤਾਂ ਉਧਰ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੁੰਦਾ ਹੈ ਉਹਦਾ ਕਿੰਨਾ ਕੁ ਫਾਇਦਾ ਅਕਾਲੀ ਦਲ ਲੈ ਸਕੇਗਾ ਜਾਂ ਇਹਨਾਂ ਨੂੰ ਨੁਕਸਾਨ ਹੋਏਗਾ ਜਾਂ ਕੀ ਹੋਏਗਾ, ਗੱਲ ਇਸ ਤੇ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸੇਖੋਂ ਸਾਹਿਬ, ਸਵਾਗਤ ਹੈ ਪ੍ਰੋਗਰਾਮ ਤੁਹਾਡਾ। ਸ਼ੁਕਰੀਆ ਸੇਖੋਂ ਸਾਹਿਬ, ਕੀਮਤੀ ਸਮਾਂ ਦਿੱਤਾ ਤੁਹਾਡਾ, ਬੜਾ ਧੰਨਵਾਦ, ਤੁਸੀਂ ਬਿਜੀ ਸੀਗੇ। ਤੇ ਸ਼ੁਰੂਆਤ ਜਿਹੜੀ ਆ ਕਰਦੇ ਆ, ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਉਹਨਾਂ ਨੇ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀਗਾ ਉਸ ਮੌਕੇ ਮੁਆਫੀ ਜਿਹੜੀ ਆ ਮੰਗ ਲਈ ਹੈ। ਕਹਿੰਦੇ ਕਿ ਸਾਡੇ ਮੌਕੇ ਜੋ ਭੁੱਲਾਂ ਚੁੱਕਾਂ ਹੋਈਆਂ ਨੇ ਉਹਦੀ ਮੁਆਫੀ ਦੇ ਦਿਓ, ਬੇਅਦਬੀਆਂ ਦਾ ਜ਼ਿਕਰ ਕੀਤਾ। ਕਹਿੰਦੇ ਕਿ ਸਾਨੂੰ ਦੁੱਖ ਹੈ ਕਿ ਬੇਅਦਬੀਆਂ ਸਾਡੀ ਸਰਕਾਰ ਦੇ ਵਿੱਚ ਹੋਈਆਂ, ਪੰਥਕ ਸਰਕਾਰ ਸੀ, ਅਸੀਂ ਦੋਸ਼ੀਆਂ ਨੂੰ ਫੜ ਨਹੀਂ ਸਕੇ, ਸਾਨੂੰ ਦੁੱਖ ਹੈ। ਕਹਿੰਦੇ ਸਾਡੇ ਤੇ ਪ੍ਰੈਸ਼ਰ ਇੰਨਾ ਪੈ ਗਿਆ ਸੀਗਾ ਕਿ ਉਸ ਤੋਂ ਬਾਅਦ ਸਾਡੀ ਜਾਂਚ ਜਿਹੜੀ ਹੈ ਉਹ CBI ਨੂੰ ਦੇਣੀ ਪੈ ਗਈ। ਕਹਿੰਦੇ ਕਿ ਕਾਂਗਰਸ ਸਰਕਾਰ ਦੇ ਮੌਕੇ ਵੀ ਬੇਅਦਬੀਆਂ ਹੋਈਆਂ, ਹੁਣ ਵੀ ਹੋ ਰਹੀਆਂ। ਸੁਲਤਾਨਪੁਰ ਲੋਧੀ ਦੇ ਵਿੱਚ ਗੋਲੀਕਾਂਡ ਵੀ ਹੋਇਆ, ਉੱਥੇ ਅੰਦਰ ਪੁਲਿਸ ਵਰਗੀ ਗੁਰਦੁਆਰੇ ਚ ਗੋਲੀਆਂ ਚਲਾਈਆਂ ਗਈਆਂ, ਹੁਣ ਕੋਈ ਨੀ ਬੋਲਿਆ ਸਾਨੂੰ। ਕਹਿੰਦੇ ਉਦੋਂ ਬਦਨਾਮ ਪੂਰਾ ਠੋਕ ਕੇ ਕੀਤਾ ਗਿਆ, ਪਰ ਕਹਿੰਦੇ ਮੈਂ ਫੇਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਹੋਣੀ ਕਹਿੰਦੇ ਦੁਨੀਆਂ ਚ ਪੈ ਨਹੀਂ ਗਏ, ਉਹਨਾਂ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਵੀ ਹਰ ਭੁੱਲ ਚੁੱਕ ਦੇ ਲਈ ਕਹਿੰਦੇ ਮੁਆਫੀ ਮੰਗਦਾ। ਕਿਵੇਂ ਦੇਖਦੇ ਹੋ ਕਿ ਪੰਜਾਬੀਆਂ ਤੇ ਇਸ ਮੁਆਫੀ ਦਾ ਕਿੰਨਾ ਕੁ ਅਸਰ ਪਏਗਾ? ਨਹੀਂ, ਮੈਂ ਆਮ ਤੌਰ ਤੇ ਬਹੁਤੀ ਧਾਰਮਿਕ ਜਿਹੜੀਆਂ ਹੁੰਦੀਆਂ ਨਾ ਇਸ ਕਿਸਮ ਦੀਆਂ ਗੱਲਾਂ ਦੇ ਉੱਤੇ ਬਹੁਤੀ ਗੱਲ ਨਹੀਂ ਕਰਦਾ, ਕਿਉਂਕਿ ਮੁੱਦਾ ਕਈ ਵਾਰੀ ਲੋੜ ਤੋਂ ਜ਼ਿਆਦਾ ਸੈਂਸਿਟਿਵ ਬਣ ਜਾਂਦਾ ਹੈ। ਉਹਨਾਂ ਨੇ ਮਾਫ਼ੀ ਮੰਗ ਲਈ, ਇਸ ਗੱਲ ਨੂੰ ਹੋਏ ਨੇ ਮੇਰੇ ਖਿਆਲ 7-8 ਸਾਲ ਹੋ ਗਏ ਨੇ ਘਟਨਾ ਤੋਂ ਬਾਅਦ, ਅੱਜ ਉਹਨਾਂ ਨੇ ਮਾਫ਼ੀ ਮੰਗ ਲਈ, ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗ ਲਈ। ਕੀ ਉਸ ਸਮੇਂ ਜਿਹੜੀ ਘਟਨਾ ਹੋਈ ਸੀਗੀ ਇਸ ਗੱਲ ਦੀ ਮਾਫ਼ੀ ਮੰਗੀ ਆ ਕਿ ਇਹਨਾਂ ਨੇ ਉਹ ਜਿਹੜਾ ਰਾਮ ਰਹੀਮ ਸੀ ਉਹਨੂੰ ਜਿਹੜਾ ਹੈਗਾ ਸੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹਨੂੰ ਫਰੀ ਹੈਂਡ ਦਿੱਤਾ ਸੀਗਾ। ਜੇ ਉਸ ਸਮੇਂ ਜਿਹੜੀ ਘਟਨਾ ਵਾਪਰੀ ਸੀਗੀ ਉਹ ਘਟਨਾ ਤਾਂ ਇਹ ਸਰਕਾਰ ਇਹਨਾਂ ਦੀ ਜ਼ਿੰਮੇਵਾਰ ਸੀਗੀ, ਔਰ ਉਹ ਘਟਨਾ ਦੇ ਵਿੱਚ ਜਿਹੜੇ ਆਮ ਲੋਕ ਜਿਹੜੇ ਸੀਗੇ ਉਹ ਮਾਰੇ ਗਏ ਸੀ, ਜਿੱਦਾਂ ਉਹ ਹੈਪਨਸ ਟੂ ਬੀ ਸਿੱਖ, ਹੋਰ ਵੀ ਕੁਝ ਹੋ ਸਕਦਾ ਸੀ। ਹਾਂ, ਮੈਂ ਵੀ ਕਹਿੰਦਾ ਕਿ ਠੀਕ ਅਕਾਲ ਤਖ਼ਤ ਸਾਹਿਬ ਇਹਦੇ ਬਾਰੇ ਮੈਂ ਕੁਛ ਨਹੀਂ ਕਹੂੰਗਾ, ਉਹਨਾਂ ਤੋਂ ਮਾਫ਼ੀ ਮੰਗ ਲਈ। ਕੀ ਇਹਨਾਂ ਨੇ ਲੋਕਾਂ ਤੋਂ ਵੀ ਮਾਫ਼ੀ ਮੰਗੀ ਆ, ਪੰਜਾਬ ਦੇ ਲੋਕਾਂ ਤੋਂ ਵੀ ਮਾਫ਼ੀ ਮੰਗੀ ਆ ਕਿ ਜਿਹੜੀਆਂ ਇਹਨਾਂ ਦੇ ਰਾਜ ਦੇ ਵਿੱਚ ਜੋ ਬਜ਼ਰ ਗਲਤੀਆਂ ਹੋਈਆਂ ਜਾਂ ਇਹਨਾਂ ਦੇ ਰਾਜ ਦੇ ਵਿੱਚ ਜੋ ਇਹਨਾਂ ਨੇ ਕੀਤਾ ਜਿਹਦਾ ਇਹ ਫਲ ਖਾਸ ਕਰਕੇ 2014 ਤੋਂ ਬਾਅਦ ਹੁਣ ਤੱਕ ਭੁਗਤਣ ਡਏ ਆ, 17 ਚ ਭੁਗਤਿਆ ਸੀ ਹੁਣ ਭੁਗਤਣ ਡਏ ਆ, ਕਿਉਂਕਿ ਅਲਟੀਮੇਟਲੀ ਤਾਂ ਜਿਹੜਾ ਹੈਗਾ ਪੋਲੀਟੀਕਲ ਪਾਰਟੀ ਹੈਗੀ ਆ ਇਹ ਠੀਕ ਆ ਕਿ ਧਰਮ ਤੇ ਰਾਜਨੀਤੀ ਨੂੰ ਜੋੜ ਕੇ ਦੇਖਦੇ ਆ, ਪਰ ਜਿਸ ਕਿਸਮ ਦਾ ਧਰਮ ਦੀ ਰਾਜਨੀਤੀ ਅੱਜ ਤੋਂ 30-40 ਸਾਲ ਪਹਿਲਾਂ ਹੁੰਦੀ ਸੀ ਜਾਂ 20-25 ਸਾਲ ਪਹਿਲਾਂ ਦੀ ਉੱਦਾਂ ਦੀ ਨਹੀਂ ਹੈਗੀ। ਹੁਣ ਤਾਂ ਲੋਕ ਧਰਮ ਨੂੰ ਜਿਹੜਾ ਥੋੜ੍ਹਾ ਰਾਜਨੀਤੀ ਤੋਂ ਲਾਂਭੇ ਰੱਖ ਕੇ ਵੇਖਣ ਦੀ ਗੱਲ ਕਰਦੇ ਆ। ਇਹ ਪਿਛਲੇ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਹੋਇਆ, ਕਿਉਂਕਿ ਇੱਕ ਸਮਾਂ ਹੁੰਦਾ ਸੀ ਜਦੋਂ ਅਕਾਲੀ ਦਲ ਦਾ ਜਿਹੜਾ ਵੱਡਾ ਧਿਰ ਹੁੰਦਾ ਸੀਗਾ, ਜਦੋਂ ਇਹ ਲੋਕਾਂ ਦੀਆਂ ਨਜ਼ਰਾਂ 'ਚ ਬਾਕੇ ਪੰਥ ਨੂੰ ਰੀਪ੍ਰਜੈਂਟ ਕਰਦੇ ਸੀਗੇ ਤੇ ਉਦੋਂ ਲੋਕ ਇਹਨਾਂ ਦੇ ਨਾਲ ਖੜੇ ਹੁੰਦੇ ਸੀਗੇ। ਹੁਣ ਤਾਂ ਪਿਛਲੀਆਂ ਚੋਣਾਂ 'ਚ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਇਸ ਧਰਮ ਨੂੰ ਮੰਨਣ ਵਾਲੇ ਲੋਕ ਵੀ ਹੈਗੇ ਆ ਉਹ ਵੀ ਰਾਜਨੀਤਿਕ ਤੌਰ 'ਤੇ ਇਹਨਾਂ ਦੇ ਨਾਲ ਨਹੀਂ ਖੜੇ ਹੋ ਗਏ। ਠੀਕ ਆ, ਇਹਨਾਂ ਨੇ ਚਲੋ ਇੱਕ ਪੁਆਇੰਟ ਇਹ ਹੈਗਾ ਸੀਗਾ ਕਿ ਮਾਫ਼ੀ ਮੰਗ ਲਈ ਉਹਦੇ ਵਿੱਚੋਂ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮਾਫ਼ੀ ਦੇ ਨਾਲ ਠੀਕ ਆ ਅਕਾਲ ਤਖ਼ਤ ਸਾਹਿਬ ਜੇ ਇਹ ਮੰਨ ਲਿਆ ਤਾਂ ਬਹੁਤ ਵੱਡੀ ਗੱਲ ਹੈਗੀ ਆ ਕਿ ਲੋਕ ਇਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਜਿਹੜੇ ਕੰਮ ਸੀਗੇ ਜਾਂ ਆਪਣੇ ਸਮੇਂ ਦੇ 15 ਸਾਲਾਂ ਦੇ ਰਾਜ ਦੇ ਵਿੱਚ ਜਿਹਨਾਂ ਨੂੰ ਆਪਾਂ ਕਹਿ ਸਕਦੇ ਉਹ 'ਚ ਹੀ ਬਜ਼ਰ ਗਲਤੀਆਂ ਕੀਤੀਆਂ ਇਹਨਾਂ ਨੇ, ਕਿਉਂਕਿ ਇਹਨਾਂ ਦੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਹੋਈਆਂ। ਕਰਪਸ਼ਨ ਦੀ ਆਪਾਂ ਗੱਲ ਕਰਦੇ ਹਾਂ, ਨਸ਼ਿਆਂ ਦੀ ਆਪਾਂ ਗੱਲ ਕਰਦੇ ਹਾਂ, ਗੈਂਗਸਟਰ ਦੀ ਗੱਲ ਕਰਦੇ ਹਾਂ, ਜਾਂ ਲੋਕਾਂ ਨੂੰ ਨੌਕਰੀਆਂ ਨਾ ਦੇਣੀਆਂ ਖਾਸ ਕਰਕੇ ਉਹਦੀ ਵੀ ਆਪਾਂ ਗੱਲ ਕਰਦੇ ਹਾਂ, ਜਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੈਂ ਤਾਂ ਕਹੂੰਗਾ ਵੀ ਰਾਜ ਕਰਨ ਵਾਲੀਆਂ ਧਿਰਾਂ ਨੇ ਗੁੰਡਾਗਰਦੀ ਪੈਦਾ ਕੀਤੀ ਪਿਛਲੇ 30 ਸਾਲਾਂ ਦੇ ਵਿੱਚੋਂ, ਜਿਹੜੀ ਸਿੱਧੇ ਤੌਰ 'ਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਆ। ਸੋ ਇਹ ਪਾਸਾ ਠੀਕ ਆ, ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੇ ਮਾਫ਼ੀ ਮੰਗ ਲਈ, ਕਿਉਂਕਿ ਉਹ ਕਦੀ ਵੀ ਮੈਂ ਦੇਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਇੱਕ ਰਿਲੀਜੀਅਸ ਇਸ਼ੂ ਜਿਹੜਾ ਅਕਾਲ ਤਖ਼ਤ ਹੈਗਾ ਸਾਹਿਬ ਨੇ ਮਤਲਬ ਲੋਕਾਂ ਤੋਂ ਵੀ ਉਹਨਾਂ ਨੇ ਲੋਕਾਂ ਤੋਂ ਵੀ ਮੰਗੀ ਹੈ ਮਾਫ਼ੀ, ਤਾਂ ਮਤਲਬ ਸਾਰੇ ਪਾਸੇ ਹੀ ਉਹਨਾਂ ਨੇ ਮਾਫ਼ੀ ਮੰਗੀ ਜੀ।
नहीं बिल्कुल ठीक है। चलो मैं कहना उत्थों जाके मान लिया, हुण इह लोकां ते डिपेंड करदा कि की इस माफ़ी नूं लोक किदां रिस्पोंड करदे आ। अच्छा उहदा इक्को ही बैरोमीटर हैगा वा कि कल नूं अगले साल दे विच जिहड़ियां होणियां उह चोणां होण जा रहियां वा, जे लोक कहिंदे आ वी इहनां ने माफ़ी जिहड़ी सच्चे दिलों मंगी आ, जां लोक चाहुंदे आ कि वाकई इह सिंसीयर हो गए आ। पर इहदे नाल नाल दो तीन सवाल होर बहुत इंपोर्टेंट आ। इहनां सारियां गल्लां दे नाल नाल जिहड़ा लीडरशिप इशू हैगा, जिहड़ा सारियां पार्टियां दा खास करके बहुत वड्डा मुद्दा हैगा, और पंजाब च अकाली दल का तो बहुत वड्डा मुद्दा है, जिहदे विच तुसीं देखिआ झूंदा कमेटी बनी सी, झूंदा कमेटी दीआं रिकमेंडेशनस भी हैगीआं सीगीआं, और किस तरीके दे नाल अकाली दल दे जिहड़े पुराने कुछ लीडर सीगे जो छड के जिहड़े हैगे आ उह लांभे होई गए, जां जिस तरीके दे नाल इहनां दे पार्टी दे बहुत सारे लोग जिहड़े सी उह नवीआं पार्टीआं वाले पासे चले गिआ, कुछ बीजेपी वाले पासे वी चले गिआ, आम आदमी पार्टी दे वी तां बहुत वड्डा केडर चला गिआ। सो मेरा कहिण तां भाव हैगा कि पोलिटिकल जिहड़ा सर्वाइवल वास्ते ये ठीक आ कि उन्होंने माफ़ी मांग ली और इन्होंने कहा मैं माफ़ कर दो, ये तो लोगों के उत्ते आ। मैनू नहीं लगता कि ये राजनीतिक तौर पर अजिही माफ़ी का कोई बहुत वड्डा असर होगा, थोड़ा बहुत असर तो हो सकता कि जेडे लोग क्रिटिसाइज करते एक समाल सैगमेंट सगा कि तुम जो है ये काम गलत किए आ, जो पंथ के नाल जोड़ते पंथक सरकार हैगी अगले पास जो लोग जिन्हों की डैथ हुई सी वह भी इसे धर्म को बिलोंग करते थे, तो यदा तो आने वाले समय से पता लगू असली बैरोमीटर का 2024 दियां लोकसभा दियां चोणां हैगियां जां आउण वाले थोड़े समय च पंचायतां दियां जां म्युनिसिपल कारपोरेशन कमेटी दियां चोणां वा, उहदे च पता लगूगा, क्योंकि अकाली दल एक राजनीतिक पार्टी है, भावें कि वह धर्म दे नाल जिहड़ा हैगा उह श्रोमणी गुरद्वारा प्रबंधक कमेटी दे नाल नाल वी जिहड़ा हैगा उहनूं देखदी आ, पर क्योंकि इत्थे मोटिव जिहड़ा हैगा उह राजनीतिक ताकत हासिल करन दा हैगा, इस करके इहदा असर तां जिहड़ा उह पऊगा। तुहाडे कहण दा भाव वी ਇਕੱਲੀ ਬੇਅਦਬੀ ਤੇ ਜਾਂ ਕੁਝ ਹੋਰ ਮਸਲਿਆਂ ਤੇ ਉੱਪਰ ਮਾਫੀ ਮੰਗ ਕੇ ਸੁਖਬੀਰ ਬਾਦਲ ਤੁਹਾਡੇ ਕਹਿਣ ਦਾ ਭਾਵ ਪੰਜਾਬੀ ਗੱਲ ਨਹੀਂ ਨਾਉਣ ਲੱਗੇ, ਤੁਹਾਡੇ ਕਹਿਣ ਦਾ ਭਾਵ ਵੀ ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹੜੇ ਹਲੇ ਅਕਾਲੀ ਦਲ ਦੇ ਗੜ ਪਏ ਹੋਏ ਆ, ਜਿਹਨਾਂ ਦੇ ਵਿੱਚੋਂ ਇੱਕ ਪ੍ਰਧਾਨਗੀ ਦਾ ਮੁੱਦਾ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਤੁਸੀਂ ਦੱਸਿਆ ਕਿ ਝੂੰਦਾ ਕਮੇਟੀ ਨੇ ਕਿਹਾ ਸੀ ਕਿ ਪ੍ਰਧਾਨ ਜਿਹੜਾ ਉਹ ਬਦਲਿਆ ਜਾਵੇ, ਜੇਕਰ ਪ੍ਰਧਾਨ ਲਾਂਭੇ ਹੁੰਦੇ ਆ ਤਾਂ ਕੁਝ ਨਾ ਕੁਝ ਹੋ ਸਕਦਾ, ਯਾਨੀ ਕਿ ਸਿਰਫ ਮਾਫੀ ਮੰਗ ਕੇ ਨਹੀਂ ਸਰਨਾ, ਮੁੱਦੇ ਹੋਰ ਵੀ ਆ, ਲੀਡਰ ਕ੍ਰਾਈਸਿਸ ਵੀ ਹੈ, ਪ੍ਰਧਾਨਗੀ ਵਾਲਾ ਮਸਲਾ, ਤੁਹਾਡੇ ਕਹਿਣ ਦਾ ਭਾਵ। नहीं वो भी हैगा, मैं कहना भी तुम इन्हों को क्योंकि बहुता ज्यादा बार बार कहनी गल चंगी नहीं लगती भी कोई प्रोपेगंडा करते, इन्होंने देख लेना चाहिए कि पिछलियां जिहड़ियां हैगियां सी 15 दे विच शायद घटना हुई सी जां 16 च हुई 15 च हुई सी, 17 दियां चोणां दे विच, हाँ 17 दियां चोणां दे विच, 19 दियां चोणां दे विच, 22 दियां चोणां दे विच लोकां ने इन्हां नूं वोटां घट क्यों पाईआं, जां सिर्फ यही मुद्दा सीगा जिस मुद्दे की अज आपां गल करदे आं उहदी वजह करके वोटां नहीं पईआं, जां होर वी जिहड़े मुद्दे सी जिन्हां मुद्दे की मैं गल कीती आ। पर इक ना इक गल होर है डॉक्टर साहब, इक गल जिहड़ी होर लोकां दे विच चर्चा दा विशा बणदी है, शायद तुसीं वी सुणी होणी है, लोक इह गल बड़ी कहिंदे आ कि जिस तरीके नाल एंटी इनकंबेसी चल रही आम आदमी पार्टी दे खिलाफ, तां लोक इह वी गल कहिंदे यार इदों तां अकाली चंगे सी, इदों तां कांग्रेस ही चंगे सी, मतलब उहदा वी एंटी इनकंबेसी दा कोई वोट बैंक इहनां दा वापस मुड़ के वी आ सकदा है? नहीं पता नहीं, हुण ये तुहाडे अपने सोर्सिस हो सकते, जिहड़ा मेरा मैं क्योंकि तुरे फिरदे रहीदा वा डिफरेंट रीजन जाईदा, मैं ये गल बड़ी इमानदारी नाल कहना चाहुंदा वा, अजे भी अकाली ते कांग्रेसी लोकां दे मन दे उत्ते नहीं आए, आम आदमी पार्टी बजर कसरी होवे पर लोकां दी प्रैफरेंस दे विच अजे भी आम आदमी पार्टी जिहड़ी आ उह उपर हैगी आ, क्योंकि जिस तरीके दे नाल लोकां ने इहनां नूं पछाण कीता, जां पंजाब दे लोक जो समझदे आ कि जो पंजाब दा हाल होया 92 तो बाद लैके जां हुण भी ये पार्टी भी कर रही आ, पर जो तो कंपेयर करदे लोकी ठीक आ, लोगों ने इन्हां तो बहुत वड्डियां आसां सीगियां, ये कुछ गल्लां जो उल्टे पासे चल पे, एक खास करके जिद्दां ये आम आदमी पार्टी नूं पंजाब दे लोकां ने इस करके लिआंदा सी कि पंजाब दी रहूगी, हौली हौली ये पंजाब नालों दिल्ली तो सब नूं पता कि दिल्ली तो चलाई जा रही आ, हर छोटी वड्डी मीटिंग दे विच जिहड़े उत्थों दिल्ली वाले इत्थे पहुँच जांदे आ उह लोकां नूं इरक करदी आ, पर जे देखिआ जावे मोटे तौर दे उत्ते मैं बहुत स्पष्टता दे नाल और इमानदारी नाल कहना चाहुंदा वां कि अजे भी लोकां दे मनां दे विच कांग्रेस ते अकालियां नालों ये जिहड़ी आम आदमी पार्टी आ, हाँ इहदी एक कमजोरी जरूर हैगी आ कि जिहड़ी आउण वाले समें दे लई बहुत वड्डी समस्या पैदा करूगी, इहदे कोल पार्टी दा ढांचा नहीं है, इहदे कोल सिरकट लीडर नहीं है, जे लीडर हैगे तां उहनां लीडर नूं उठण नहीं दित्ता जांदा, इह इस पार्टी दा बहुत वड्डा चैलेंज है और इस पार्टी नूं बहुत वड्डा खतरा है आउण वाले समें दे विच, कॉन्टेंपरेरी टाइम जदों लोकी कंपेयर करदे आ ਮੈਨੂੰ ਲੱਗਦਾ ਅਜੇ ਵੀ ਲੋਕਾਂ ਦੀ ਚੋਇਸ ਦੇ ਵਿੱਚ ਅਕਾਲੀ ਤੇ ਕਾਂਗਰਸ ਨੂੰ ਬਹੁਤ ਕੰਮ ਕਰਨਾ ਪਊ। ਸਮੱਸਿਆ ਇਹ ਹੈਗੀ ਆ ਵੀ ਅਕਾਲੀ ਕਾਂਗਰਸ ਵੀ ਲੋਕ ਸਾਡੇ ਕੋਲ ਹੋਣ, ਇਹ ਹੈਗਾ ਕਿ ਤੁਰ ਪੈਂਦੇ ਲੋਕਾਂ ਵਾਲੇ ਪਾਸੇ, ਜਾਂ ਜਿਸ ਕਿਸਮ ਦਾ ਇਹ
ਇਹ ਜੋ ਜੋ ਰਾਜਨੀਤੀ ਕਰਨ ਰਹੇ ਆ ਉਹ ਚ ਪਾਪੂਲਿਜ਼ਮ ਵੀ ਹੈਗਾ ਵਾ ਜਾਂ ਘੱਟੋ ਘੱਟ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਖਾਸ ਕਰਕੇ ਜਿਹੜਾ ਕਰਪਸ਼ਨ ਵਾਲੇ ਮੁੱਦੇ ਦੀ ਗੱਲ ਆ, ਭਾਈ ਭਤੀਜੇ ਵਾਲੇ ਮੁੱਦੇ ਦੀ ਗੱਲ ਆ। ਔਰ ਇਹਦੇ ਨਾਲ ਨਾਲ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਆਦਾ ਇਸ ਕਰਕੇ ਇਹ ਥੋੜ੍ਹਾ ਵਿਸ਼ਵਾਸ ਰਹਿੰਦਾ ਕਿ ਇਹ 'ਚ ਸਪੇਸ ਮਿਲ ਜਾਂਦੀ ਆ। ਸਭ ਨੂੰ ਪਤਾ ਕਿ ਬਿਲਕੁਲ ਅਗਲੀਆਂ ਚੋਣਾਂ ਦੇ ਵਿੱਚ ਇਹ ਜਿਹੜੇ ਜਿੰਨੇ ਵੀ 117 ਬੰਦੇ ਸੀਗੇ ਇਹਨਾਂ 'ਚੋਂ ਜਿਹਨਾਂ ਟਿਕਟਾਂ ਦਿੱਤੀਆਂ ਇਹਨਾਂ 40-50-60-70 ਨੂੰ ਟਿਕਟਾਂ ਨਹੀਂ ਦੇਣੀਆਂ ਇਹਨਾਂ ਨੇ, ਜਾਂ ਇਹਨਾਂ ਨੂੰ ਲਾਂਭੇ ਕਰ ਦੇਣਾ ਵਾ, ਹੈ ਉਹਦੀ ਥਾਂ 'ਤੇ ਨਵੇਂ ਬੰਦੇ ਆ ਸਕਦੇ ਆ। ਤੋ ਜਿਹੜੀ ਇਹ ਆਸ ਵਾ ਖਾਸ ਕਰਕੇ ਇਹ ਵੀ ਇਹਨਾਂ ਲੋਕਾਂ ਨੂੰ ਦੂਸਰੀਆਂ ਪਾਰਟੀਆਂ ਨੇ ਜਿਹਦੇ ਵਿੱਚ ਸਾਰਾ ਕੁਝ ਜਾਂ ਪਰਿਵਾਰ ਨੇ ਮੱਲਿਆ ਹੈ ਜਾਂ ਉਹ ਖਾਨਦਾਨੀ ਜਿਹੜੇ ਹੈਗੇ ਉਹਨਾਂ ਨੇ ਮੱਲਿਆ ਹੈ ਜਾਂ ਉਹਦੇ ਵਿੱਚ ਸਿੱਧੀ ਗੱਲ ਹੈਗੀ ਆ ਕਿ ਪੈਸੇ ਵਾਲਾ ਤੋਂ ਅੱਗੇ ਵੱਧ ਸਕਦਾ ਵਾ, ਤੇ ਜੇ ਨਹੀਂ ਹੈਗਾ ਤੇ ਫਿਰ ਤੁਸੀਂ ਆਪਣੇ ਘਰ ਬੈਠੇ ਰਹੋ, ਫਿਰ ਤੁਸੀਂ ਵਰਕਰ ਬਣੇ ਰਹੋ, ਬਾਕੀ ਜਿਹੜਾ ਕੰਮ ਆ ਲੀਡਰ ਤੇ ਉਹਨਾਂ ਬਣਨਾ ਵਾ ਜਿਹੜੇ ਲੀਡਰ ਹੈਗੇ ਆ। ਲੀਡਰ ਹੈਗੇ ਬਿਲਕੁਲ ਡਾਕਟਰ ਸਾਹਿਬ, ਮੈਂ ਫਿਰ ਤੇ ਆ ਰਿਹਾ ਕਿਉਂਕਿ ਦਰਸ਼ਕ ਸੋਚਣਗੇ ਕਿ ਸ਼ਾਇਦ ਫਿਰ ਅਸੀਂ ਉਸੇ ਤੇ, ਕਿਉਂਕਿ ਪ੍ਰੋਗਰਾਮ ਜਿਹੜਾ ਮੇਨ ਹੈ ਉਹ ਸੁਖਬੀਰ ਦੀ ਮੁਆਫੀ ਤੇ ਹੀ ਹੈ, ਮੈਂ ਉਸੇ ਤੇ ਆ ਰਿਹਾ। ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਗੱਲਾਂ ਚੱਲ ਰਹੀਆਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਜਿਹੜਾ ਉਹ ਹੋ ਜਾਊਗਾ, ਤਾਂ ਆਮ ਆਦਮੀ ਪਾਰਟੀ ਦਾ, ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਮੈਂ ਫਿਰ ਕਹਿ ਰਿਹਾ ਕਿ ਠੀਕ ਹੈ ਜੀ ਬਿਲਕੁਲ ਤੁਹਾਡੀ ਇਹ ਗੱਲ ਠੀਕ ਹੈ, ਹਾਲੇ ਵੀ ਲੋਕਾਂ ਨੂੰ ਜਿਹੜੀਆਂ ਉਹਨਾਂ ਤੇ ਆਸਾਂ ਨੇ, ਕਿਉਂਕਿ ਹਾਲੇ 2 ਸਾਲ ਦਾ ਸਮਾਂ ਹੀ ਹੋਇਆ, 3 ਸਾਲ ਦਾ ਅਰਸਾ ਹਾਲੇ ਉਹਨਾਂ ਦੇ ਕੋਲੇ ਪਿਆ, ਔਰ ਲੋਕ ਕੁਝ ਲੋਕ ਇਹ ਵੀ ਸੋਚਦੇ ਆ ਵੀ ਹਾਲੇ ਕੰਮ ਕਰਦਿਆਂ ਨੂੰ ਪੁਰਾਣੇ ਕੰਮ ਸੁਧਾਰਦਿਆਂ ਨੂੰ ਟਾਈਮ ਲੱਗ ਜਾਂਦਾ, ਹੌਲੀ ਹੌਲੀ ਹੋ ਸਕਦਾ ਲੋਕ ਟਾਈਮ ਦੇ ਦੇਣ, ਔਰ ਦੇ ਵੀ ਰਹੇ ਆ ਇਹਨਾਂ ਨਾਲੋਂ ਤਾਂ ਹਲੇ ਅਕਾਲੀ ਕਾਂਗਰਸੀਆਂ ਨਾਲੋਂ, ਫਿਰ ਵੀ ਹਲੇ ਵੀ ਲੋਕਾਂ ਦੀ ਫੇਵਰਿਟ ਜਿਹੜੀ ਆਮ ਆਦਮੀ ਪਾਰਟੀ ਮੰਨੀ ਜਾ ਰਹੀ ਹੈ। ਪਰ ਫਿਰ ਵੀ ਜਿਸ ਤਰੀਕੇ ਨਾਲ ਐਂਟੀ ਇਨਕਮਬੈਸੀ ਚੱਲ ਰਹੀ ਹੈ ਡਾਕਟਰ ਸਾਹਿਬ ਪਾਰਟੀ ਆਮ ਆਦਮੀ ਪਾਰਟੀ ਦੇ ਖਿਲਾਫ, ਔਰ ਉਧਰੋਂ ਜਿਹੜੀ ਮੇਨ ਵਿਰੋਧੀ ਧਿਰ ਹੈ ਕਾਂਗਰਸ ਉਹ ਵੀ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰ ਲੈਂਦੀ ਹੈ, ਅਜਿਹੇ ਦੇ ਵਿੱਚ ਮੇਨ ਵਿਰੋਧੀ ਧਿਰ ਦੇ ਤੌਰ ਤੇ ਅਕਾਲੀ ਦਲ ਆ ਜੂ, ਤਾਂ ਫਿਰ ਜਿਹੜਾ ਸਰਕਾਰ ਦੀ ਐਂਟੀ ਇਨਕਮਬੈਸੀ ਕਰਕੇ ਵੋਟ ਬੈਂਕ ਟੁੱਟੂਗਾ ਉਹ ਕਾਂਗਰਸ ਦੇ ਨਾਲ ਨਾ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਵੀ ਜਾ ਸਕਦਾ, ਉਹਦਾ ਵੀ ਕੋਈ ਫਾਇਦਾ ਹੋਊਗਾ, ਤੁਸੀਂ ਕਿਵੇਂ ਦੇਖ? ਵੇਖੋ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ ਅਕਾਲੀ ਦਲ ਦੀ 18-19% ਵੋਟ ਰਹੀ ਆ, ਮਤਲਬ ਜਦੋਂ ਬਹੁਤ ਹੀ ਹਾਲਾਤ ਜਿਹੜੇ ਸੀ ਐਡਵਰਸ ਸੀਗੇ ਔਰ ਇਹਨੂੰ ਇਕੱਲਿਆਂ ਉੱਥੇ ਜਾਣਾ ਪਿਆ ਸੀਗਾ। ਮੈਨੂੰ ਲੱਗਦਾ ਵੀ ਜਿੱਦਾਂ ਪਿਛੇ ਸਮੇਂ 'ਚ ਆ ਰਿਹਾ ਅਕਾਲੀ ਦਲ ਦਾ ਅਤੇ ਬੀਜੇਪੀ ਦਾ ਵੀ ਗੁਜ਼ਾਰਾ ਨਹੀਂ ਗਾ ਇੱਕ ਦੂਜੇ ਦੇ ਜਿਹੜਾ ਹੈਗਾ ਬਿਨਾਂ ਜਾਂ ਆਪਣੇ ਤੌਰ ਦੇ ਉੱਤੇ ਅੱਗੇ ਵਧਣਾ, ਇਹ ਗੱਲ ਆਲਮੋਸਟ ਬਹੁਤ ਕਲੀਅਰ ਹੋ ਗਈ ਆ। ਭਾਵੇਂ ਕਿ ਅਕਾਲੀ ਦਲ ਦੀ ਬਾਰਗੇਨਿੰਗ ਪਾਵਰ ਪਹਿਲਾਂ ਦੇ ਨਾਲੋਂ ਬਹੁਤ ਕਮਜ਼ੋਰ ਹੋ ਗਈ, ਉਹਦੇ ਬਹੁਤ ਸਾਰੇ ਰੀਜ਼ਨ ਹੈਗੇ ਆ, ਅਕਾਲੀ ਦਲ ਢਾਂਚਾਗਤ ਤੌਰ 'ਤੇ ਕਮਜ਼ੋਰ ਹੋਇਆ ਹੈ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭਾਵੇਂ ਨਹੀਂ ਲੋਕ ਮੰਨਦੇ ਪਰ ਕਿਉਂਕਿ ਜਿੰਨਾ ਚਿਰ ਕਾਰਿਆਕਰਤਾ ਜਿਹੜਾ ਹੈਗਾ ਤੁਹਾਡਾ ਵਰਕਰ ਹੈਗਾ ਵਾ ਉਹੀ ਜਿਹੜਾ ਉਹਨਾਂ ਉਤਸ਼ਾਹਿਤ ਨਹੀਂ ਹੁੰਦਾ ਤੇ ਫਿਰ ਲੀਡਰਸ਼ਿਪ ਤਾਂ ਹੁੰਦੀ ਆ, ਤੁਹਾਡੇ ਵਰਕਰਸ ਕਿੰਨੇ ਉਤਸ਼ਾਹਿਤ ਹੈਗੇ ਆ, ਤੁਹਾਡੇ ਵਰਕਰਾਂ 'ਚ ਕਿੰਨਾ ਜਨੂਨ ਹੈਗਾ, ਤੁਹਾਡੇ ਵਰਕਰ ਕਿੱਦਾਂ ਲੀਡਰਸ਼ਿਪ ਦੀਆਂ ਖਾਮੀਆਂ ਜਿਹੜੀਆਂ ਹੈਗੀਆਂ ਵਾ ਜਾਂ ਸਾਰੀ ਲੀਡਰਸ਼ਿਪ ਜਿਹੜੀਆਂ ਖੂਬੀਆਂ ਵਾ ਉਹ ਲੋਕਾਂ 'ਚ ਦੱਸ ਸਕਦੇ ਆ। ਅਜੇ ਜੇ ਉਹ ਲੀਡਰਸ਼ਿਪ ਦੀਆਂ ਖੂਬੀਆਂ ਦੱਸਣ ਵੀ ਲੱਗਦੇ ਆ ਤਾਂ ਲੋਕ ਬਹੁਤਾ ਉਹਨਾਂ ਰਿਸੈਪਟਿਵ ਨਹੀਂ ਹੈ। ਇਹ ਠੀਕ ਆ ਕਿ ਕੁਝ ਲੋਕ ਹੁੰਦੇ ਆ ਕਿ ਜਿਨ੍ਹਾਂ ਨੇ ਪਾਰਟੀਆਂ ਦੇ ਪੱਕੇ ਭਗਤ ਵੀ ਹੁੰਦੇ, ਜਿਨ੍ਹਾਂ ਨੇ ਵੋਟ ਪਾਉਣੀ ਹੁੰਦੀ ਆ ਜਿਹੜੀ ਆਪਣੀ ਪਾਰਟੀ ਨੂੰ ਪਾਉਣੀ ਹੁੰਦੀ, ਜਿਹਨੂੰ ਪੱਕਾ ਦੂਸਰੀ ਗੱਲ ਬੈਂਕ ਕਹਿ ਦਿੰਦੇ ਆ। ਇਹ ਕਾਫੀ ਪੈਰਾਡੋਕਸੀਕਲ ਆ, ਕਾਂਗਰਸ ਵੀ ਬਹੁਤ ਵੀਕ ਹੋਈ ਆ, ਕਾਂਗਰਸ ਸਿਰਫ ਇੱਥੇ ਨਹੀਂ ਵੀਕ ਹੋਈ, ਕਾਂਗਰਸ ਹੋਰਨਾਂ ਪ੍ਰਦੇਸ਼ਾਂ 'ਚ ਵੀ ਕਾਫੀ ਵੀਕ ਹੈਗੀ ਆ। ਰੀਸੈਂਟ ਇਲੈਕਸ਼ਨ ਹੋਈਆਂ ਆਪਾਂ ਦੇਖਿਆ ਕਿ ਬੜੀ ਹਵਾ ਵੀ ਲੱਗਦੀ ਸੀ, ਸਭ ਕੁਝ ਹੋ ਸਕਦਾ ਸੀ ਪਰ ਬੀਜੇਪੀ ਨੇ ਉਹਨੂੰ ਜਿਹੜਾ ਹੈਗਾ ਮਾਤ ਦੇ ਦਿੱਤੀ, ਖਾਸ ਕਰਕੇ ਛੱਤੀਸਗੜ੍ਹ ਦੇ ਵਿੱਚ ਵੀ ਕਾਂਗਰਸ ਨੇ ਚੰਗਾ ਕੰਮ ਕੀਤਾ ਸੀਗਾ, ਰਾਜਸਥਾਨ ਦੇ ਵਿੱਚ ਓਲਡ ਪੈਨਸ਼ਨ ਵੀ ਲਾਗੂ ਕਰਤੀ ਸੀ, ਸਭ ਕੁਝ ਕੀਤਾ ਸੀ, ਪਰ ਜਿਹਦੇ ਨਾਲ ਤੁਹਾਡਾ ਟਾਕਰਾ ਹੈਗਾ ਉਹ ਜਥੇਬੰਦੀ ਬਹੁਤ ਤਾਕਤਵਰ ਹੈਗੀ। ਸੋ ਇੱਥੇ ਅੱਜ ਕੱਲ੍ਹ ਵਿਚਾਰਧਾਰਾ ਜਾਂ ਜਿਹੜੀ ਧਰਮ ਦੀ ਸਿਆਸਤ ਉਹਨਾਂ ਕੰਮ ਨਹੀਂ ਕਰਦੀ ਜਿਹਨੇ ਹੋਰ ਸਾਰੇ ਪਹਿਲੂ ਵੀ ਕੰਮ ਕਰਦੇ ਆ। ਜੇ ਆਮ ਆਦਮੀ ਪਾਰਟੀ ਦੇ ਹਾਈਪੋਥੀਟੀਕਲੀ ਆ, ਕਿਉਂਕਿ ਪੋਲੀਟਿਕਸ ਕੁਛ ਵੀ ਹੋ ਸਕਦਾ, ਆਮ ਆਦਮੀ ਪਾਰਟੀ ਵੀ ਇੰਡੀਆ ਅਲਾਇੰਸ ਦਾ ਹਿੱਸਾ ਹੈਗੀ ਆ, ਔਰ ਪੰਜਾਬ ਦੇ ਵਿੱਚ ਜਿਹੜੇ ਤਾਂ ਬੰਦੇ ਇਹਨਾਂ ਕੋਲ ਟਿਕਟਾਂ ਮਿਲੀਆਂ ਵਾ ਜਾਂ ਐਮ ਪੀ ਹੈਗੇ ਉਹ ਤਾਂ ਚਾਹੁਣਗੇ ਕਿ ਇਹਦੇ ਨਾਲ ਸਾਡਾ ਸਮਝੌਤਾ ਹੋ ਜਾਏ ਕਿ ਜਿਹੜੀਆਂ ਟਿਕਟਾਂ 'ਤੇ ਅਸੀਂ ਨਹੀਂ ਜਿੱਤ ਸਕੇ ਉਹ ਦੂਸਰੇ ਪਾਸੇ ਚੱਲ ਜਾਣ, ਇਹ ਅਸੀਂ ਉਸੇ ਤਰੀਕੇ ਨਾਲ ਬੈਠੇ ਰਹਿਣ। ਪਰ ਇਹ ਜ਼ਰੂਰੀ ਨਹੀਂ ਹੁੰਦਾ ਸੁਖਵਿੰਦਰ ਕਿ ਲੋਕ ਇਸ ਜਿਹੜਾ ਹੈਗਾ ਜਿਹੜਾ ਕੰਬੀਨੇਸ਼ਨ ਆ ਉਹਨੂੰ ਅਕਸੈਪਟ ਕਰਨ। ਅਸੀਂ ਬਹੁਤ ਥਾਵਾਂ 'ਤੇ ਵੇਖਿਆ, ਅਸੀਂ ਯੂਪੀ 'ਚ ਵੇਖਿਆ, ਅਸੀਂ ਬਿਹਾਰ 'ਚ ਦੇਖਿਆ, ਅਸੀਂ ਹੋਰਨਾਂ ਸਟੇਟਾਂ 'ਚ ਦੇਖਦੇ ਹਾਂ, ਉੱਥੇ ਕੰਬੀਨੇਸ਼ਨ ਜ਼ਰੂਰੀ ਨਹੀਂ ਕਿ ਲੋਕ ਉਸ ਪਾਸੇ ਵੱਲ ਜਾਣ, ਲੋਕ ਕੀ ਸੋਚਦੇ ਆ। ਇਸੇ ਕਰਕੇ ਉਹ ਅਲਾਇੰਸ ਜਾਂ ਉਹ ਪਾਰਟੀ ਜਿਹੜੀ ਲੋਕਾਂ ਦੇ ਮੁੱਦਿਆਂ ਦੇ ਵਿੱਚ ਅਜੇ ਵੀ ਜਿਹੜੀ ਹੈਗੀ ਆ ਲੋਕਾਂ ਦੇ ਮਨਾਂ ਦੇ ਵਿੱਚ ਬਣੀ ਆ, ਲੋਕ ਉਸ ਪਾਸੇ ਵੱਲ ਜਾਂਦੇ ਆ। ਇਹ ਗੱਲ ਜ਼ਰੂਰ ਹੈਗੀ ਆ ਕਿ ਪਾਰਟੀਆਂ ਸਾਰੀਆਂ ਕ੍ਰਾਈਸਿਸ ਦੇ ਵਿੱਚ, ਅਕਾਲੀ ਦਲ ਨੇ ਤਾਂ ਕੋਈ ਲੂਜ਼ ਕਰਨਾ ਹੀ ਨਹੀਂ, ਹਾਂ ਅਕਾਲੀ ਦਲ ਕੋਲ 2 ਸੀਟਾਂ ਵਾ, 2 ਹੀ ਸ਼ੰਦ ਬੀਜੇਪੀ ਕੋਲ ਹੈਗੀਆਂ ਵਾ, ਔਰ ਬੀਜੇਪੀ ਨੂੰ ਜਾਪਦਾ ਕਿ ਬਹੁਤਾ ਬਹੁਤਾ ਜਿਹੜਾ ਹੈਗਾ ਖਤਰਾ ਇਸ ਕਰਕੇ ਨਹੀਂ ਹੈ
ਤੇ ਬੀਜੇਪੀ ਦੀ ਉਹ ਜਿਹੜੀ ਸਪੇਸ ਉਹਨੇ ਬਣਾਈ ਆ ਉਹ ਸਪੇਸ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਲੈ ਲੈਣੀ ਆ। ਅਕਾਲੀ ਦਲ ਦੀ ਸਮੱਸਿਆ ਇਹ ਹੈਗੀ ਆ ਵੀ ਅਕਾਲੀ ਦਲ ਕੋਲ ਦੋ ਸੀਟਾਂ ਹੈਗੀਆਂ ਔਰ ਉਹ ਸੀਟਾਂ ਵੀ ਬਹੁਤ ਕਰੂਸ਼ੀਅਲ ਹੈਗੀਆਂ, ਉਸ ਪਰਿਵਾਰ ਦੀਆਂ ਸੀਟਾਂ ਵਾ ਜਿਹਦੇ ਆਲੇ ਦੁਆਲੇ ਅਕਾਲੀ ਦਲ ਘੁੰਮਦਾ ਵਾ ਜਾਂ ਜਿਹੜੇ ਅਕਾਲੀ ਦਲ ਵਾ ਜਾਂ ਜਿਨ੍ਹਾਂ ਦੇ ਕਰਕੇ ਅਕਾਲੀ ਦਲ ਹੈਗਾ। ਜੇ ਉੱਥੇ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਆ ਤੇ ਉਹ ਫਿਰ ਸਮੱਸਿਆ ਉਹਨਾਂ ਲਈ ਹੋਰ ਵੱਧਦੀ ਆ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਸ ਇਲੈਕਸ਼ਨ ਦੇ ਵਿੱਚ 24 ਦੇ ਵਿੱਚ ਬਹੁਤ ਕ੍ਰਿਸਟਲ ਹੋਊਗਾ। ਜੇ ਤਾਂ ਇਹ ਮਲਟੀ ਕੋਰਨਰ ਹੈਗਾ ਕੰਟੈਸਟ ਹੈਗਾ ਵਾ ਤੇ ਮੈਨੂੰ ਲੱਗਦਾ ਕਿ ਇਹਦਾ ਐਡਵਾਂਟੇਜ ਬੀਜੇਪੀ ਨੂੰ ਮਿਲਣ ਦੀ ਬਹੁਤ ਪੋਸੀਬਿਲਿਟੀ ਹੈਗੀ। ਔਰ ਜੇ ਇਹਦੇ ਵਿੱਚ ਦੂਸਰੀਆਂ ਧਿਰਾਂ ਖੜੀਆਂ ਹੁੰਦੀਆਂ, ਕਿਉਂਕਿ ਬੀਜੇਪੀ ਕੋਸ਼ਿਸ਼ ਕਰੂਗੀ ਕਿ ਅਸੀਂ ਪੋਲਰਾਈਜੇਸ਼ਨ ਕੀਤੀ ਜਾਵੇ, ਕਿਉਂਕਿ ਕੱਲ੍ਹ ਸਟੇਟਮੈਂਟ ਵੀ ਆ ਗਈ ਅਸੀਂ ਸਾਰੀਆਂ ਸੀਟਾਂ ਲੜ ਲਵਾਂਗੇ। ਲੜ ਸਕਦੇ ਸੀਟਾਂ ਕਿਸ ਤਰੀਕੇ ਨਾਲ, ਕਾਂਗਰਸੀ ਉਹਨਾਂ ਵਾਲੇ ਪਾਸੇ ਵੱਲ ਚਲ ਗਏ, ਕਿਸ ਤਰੀਕੇ ਨਾਲ ਅਕਾਲੀ ਉਹਨਾਂ ਵਾਲੇ ਪਾਸੇ ਵੱਲ ਚਲ ਗਏ, ਕਿਸ ਤਰੀਕੇ ਨਾਲ ਹੋਰ ਲੋਕ ਉਹਨਾਂ ਪਾਸੇ ਚਲ ਗਏ, ਕਿਸ ਤਰੀਕੇ ਨਾਲ ਕੋਈ ਜਥੇਬੰਦੀਆਂ, ਔਰ ਕਿਸ ਤਰੀਕੇ ਨਾਲ ਉਹਨਾਂ ਨੇ ਚੀਫ ਮਿਨਿਸਟਰਾਂ ਦੀਆਂ ਅਪੁਆਇੰਟਮੈਂਟਾਂ ਕੀਤੀਆਂ ਵਾ ਤਾਂ ਕਿ ਲੋਕਾਂ ਨੂੰ ਇਹ ਇਮੇਜ ਦਿੱਤਾ ਜਾਵੇ ਕਿ ਜਿਹੜੀ ਇਸਟੈਬਲਿਸ਼ ਲੀਡਰਸ਼ਿਪ ਨਹੀਂ ਆ ਕੋਈ ਨਵਾਂ ਵੀ ਬਣ ਸਕਦਾ। ਤੋ ਬੀਜੇਪੀ ਦੀ ਜਿਹੜੀ ਪੋਲਿਟਿਕਸ ਹੈਗੀ ਉਹ ਐਸਪੀਰੇਸ਼ਨਲ ਆ, ਔਰ ਐਸਪੀਰੇਸ਼ਨਲ ਪੋਲਿਟਿਕਸ ਦੇ ਨਾਲ ਹੀ ਲੋਕ ਵੋਟ ਪਾ ਦਿੰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਆ ਇਹ ਤਾਂ ਆਉਣ ਵਾਲੇ ਸਮੇਂ, ਹਾਂ ਆਮ ਆਦਮੀ ਪਾਰਟੀ ਦੀ ਸਮੱਸਿਆ ਹੈ ਕਿ ਕਿਹਨੂੰ ਕੈਂਡੀਡੇਟ ਲੈ ਕੇ ਆਉਣਗੇ। ਇਸ ਵੇਲੇ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋਵੇ, ਤੁਸੀਂ ਪੱਤਰਕਾਰ ਵਾ, ਮੈਨੂੰ ਸਮਝ ਨਹੀਂ ਆਉਂਦੇ ਵੀ ਕਿਹੜੇ ਉਹਨਾਂ ਦੇ ਪ੍ਰੋਮੀਨੈਂਟ ਕੈਂਡੀਡੇਟ ਆ ਜਿਹੜੇ ਹਲਕਿਆਂ ਦੇ ਵਿੱਚ ਪਿਛਲੇ 13 ਹਲਕਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ। ਕਾਂਗਰਸ ਦੇ ਵਿੱਚ ਵੀ ਸੁਨਸਾਨ ਹੀ ਹੈਗੀ ਆ, ਚੁੱਪ ਚਾਂਦ ਦੀ ਸਾਰੀ ਉਹਦੇ ਵਿੱਚ ਪਈ ਆ, ਔਰ ਤੁਸੀਂ ਦੇਖੋ ਵੀ ਲੀਡਰਸ਼ਿਪ ਦੇ ਵਿੱਚ ਉਹਨਾਂ ਕੋਆਰਡੀਨੇਸ਼ਨ ਨਹੀਂ ਹੈ। ਪੰਜਾਬ ਦੇ ਵਿੱਚ ਅਨਫਾਰਚੁਨੇਟ ਪਾਰਟ ਇਹ ਹੈਗਾ ਕਿ ਕੋਈ ਇੱਕ ਉਹੋ ਜਿਹਾ ਸਰਮੌਰ ਲੀਡਰ ਨਹੀਂ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਵਿਚਾਰਧਾਰਾ ਦੇ ਉੱਤੇ ਜਿਹੜਾ ਹੈਗਾ ਮੋਬਲਾਈਜ਼ ਕਰ ਸਕੇ। ਕਿਸੇ ਵੀ ਲੀਡਰ ਦਾ ਏਡਾ ਵੱਡਾ ਕੱਦ ਨਹੀਂ ਹੈ, ਚਾਹੇ ਉਹ ਤੁਹਾਡੇ ਧੰਨ ਸਾਹਿਬ ਹੋਣ ਯੰਗ ਹੈਗੇ ਆ, ਚਾਹੇ ਬਾਜਵਾ ਸਾਹਿਬ ਹੋਣ, ਚਾਹੇ ਜਿਹੜੇ ਹੋਰ ਸਿੱਧੂ ਸਾਹਿਬ ਹੋਣ। ਨਹੀਂ ਤਾਂ ਤੁਸੀਂ ਦੇਖੋ ਜਿਨ੍ਹਾਂ ਸਟੇਟਾਂ ਦੇ ਵਿੱਚ ਕਾਂਗਰਸ ਅੱਗੇ ਵਧੀ ਆ ਉੱਥੇ ਇੱਕ ਲੀਡਰ ਸੀਗਾ, ਔਰ ਉਹ ਲੀਡਰ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਜਿਹੜਾ ਲੋਕ ਘੋਲਾਂ ਦੇ ਨਾਲ ਜੁੜਿਆ ਹੋਇਆ ਵਾ ਉਹ ਸਟਰਗਲ ਕਰ ਰਿਹਾ ਵਾ ਉਹ ਜਾ ਰਿਹਾ। ਔਰ ਅਸੀਂ ਤਾਂ ਇੱਥੇ ਦੇਖਦੇ ਹਾਂ ਕਿ ਸਾਡੀ ਪ੍ਰੋਟੈਸਟ ਕਰਨ ਦੀ ਜਿਹੜੀ ਕਪੈਸਿਟੀ ਹੈਗੀ ਮੋਬਲਾਈਜ਼ ਕਰਨ ਦੀ ਸਾਡੇ ਲੀਡਰ ਤਾਂ ਛੱਡ ਕੇ ਬਹਿ ਗਏ। ਉਹ ਤਾਂ ਲੰਬੇ ਸਮੇਂ ਤੋਂ ਜਿਹੜੀ ਉਹ ਹੁੰਦੀ ਸੀ ਨਾ ਇਰਕਾ ਮੇਰੀ ਵਾਰੀ ਅਗਲੀ ਵਾਰ ਤੇਰੀ ਵਾਰੀ ਆ, ਬਾਈ ਡਿਫਾਲਟ ਹੀ ਜਿੱਤਣਾ ਜਾਂ ਬਾਈ ਡਿਫਾਲਟ ਹੀ ਹਾਰਨਾ ਵਾ, ਇਹ ਅਜੇ ਵੀ ਉਸ ਕੁੜੀ ਨੀਂਦ ਚੋਂ ਬਾਹਰ ਨਹੀਂ ਉੱਠੇ। ਜਦੋਂ ਕਿ ਰਾਜਨੀਤਿਕ ਤਾਣਾ ਬਾਣਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਬਿਲਕੁਲ ਹੀ ਪੰਜਾਬ ਦਾ ਜਿਹੜਾ ਉਹ ਚੇਂਜ ਹੋ ਚੁੱਕਾ। ਸੋ ਇਸ ਕਰਕੇ ਅਲਾਇੰਸ ਹੁੰਦੇ ਆ ਨਹੀਂ ਹੁੰਦੇ ਆ, ਇਹ ਮਲਟੀ ਕੋਰਨਰ ਹੁੰਦਾ ਵਾ, ਕਿਹੜਾ ਗਰੁੱਪ ਕਿਹਨੂੰ ਵੋਟ ਪਾਉਂਦਾ ਵਾ ਜਾਂ ਕਿਸ ਤਰੀਕੇ ਦੇ ਨਾਲ, ਕਿਉਂਕਿ ਇਸ ਵੇਲੇ ਜੇ ਤਾਕਤ ਹੈਗੀ ਆ ਥੋੜਾ ਬੜਾ ਮੈਂ ਲਾਸਟ ਹੀ ਪੁੱਛਣ ਲੱਗਿਆ ਕਿਉਂਕਿ ਜਿਸ ਤਰੀਕੇ ਨਾਲ ਮੈਂ ਤਕਰੀਬਨ ਤਹਿ ਜਿਹਾ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ, ਤੇ ਉਧਰ ਅੰਦਰ ਖਾਤੇ ਗੱਲ ਕਹਿੰਦੇ ਭਾਜਪਾ ਤੇ ਅਕਾਲੀ ਦਲ ਦੀ ਵੀ ਚੱਲਦੀ ਹੈ, ਕੀ ਲੱਗਦਾ ਹੈ ਕਿ ਬਿਲਕੁਲ ਤੁਸੀਂ ਸਹੀ ਦੱਸ ਕੇ ਹਟੇ ਹੋ ਕਿ ਅਕਾਲੀ ਦਲ ਕੋਈ ਲੂਜ਼ ਨਹੀਂ ਕਰ ਰਿਹਾ ਕਿਉਂਕਿ ਉਹ ਤਾਂ ਪਹਿਲਾਂ ਹੀ ਦੋ ਤੇ ਹੈ, ਬੀਜੇਪੀ ਦਾ ਵੋਟ ਪਰਸੈਂਟੇਜ ਆਪਾਂ ਪਿਛਲੀਆਂ ਵੋਟਾਂ 'ਚ ਦੇਖਿਆ ਥੋੜਾ ਵੱਧ ਰਿਹਾ ਪੰਜਾਬ ਦੇ ਵਿੱਚ, ਤੇ ਨੁਕਸਾਨ ਕਿਹੜੇ ਗਠਜੋੜ ਨੂੰ ਹੁੰਦਾ ਲੱਗ ਰਿਹਾ, ਆਪ ਤੇ ਕਾਂਗਰਸ ਨੂੰ ਜਾਂ ਭਾਜਪਾ ਤੇ ਅਕਾਲੀ ਦਲ? ਦੇਖੋ ਆਪ ਦਾ ਵੀ ਇੱਕ ਬੰਦਾ ਵੀ ਬਾਈ ਇਲੈਕਸ਼ਨ 'ਚੋਂ ਜਿੱਤਿਆ, ਵੱਡਾ ਨੁਕਸਾਨ ਤਾਂ ਕਾਂਗਰਸ ਨੂੰ ਹੋਊਗਾ ਨਾ। ਕਾਂਗਰਸ ਇੱਥੇ ਇਸ ਵੇਲੇ ਪਾਰਟੀ ਵੀ ਹੈਗੀ ਆ ਅਸੈਂਬਲੀ ਦੇ ਵਿੱਚ, ਆਪ ਜਿਹੜੀ ਹੈਗੀ ਆ ਰੂਲਿੰਗ ਪਾਰਟੀ ਆ, ਪਰ ਆਪ ਦਾ ਜਿਹੜਾ ਤੁਸੀਂ ਸਭ ਨੂੰ ਪਤਾ ਹੈ ਕਿ ਸੰਗਰੂਰ 'ਚ ਹਾਰ ਗਏ ਸੀਗੇ ਔਰ ਜਲੰਧਰ ਜਦੋਂ ਜਿੱਤੀ ਆ ਉਹਨਾਂ ਕੁਛ ਖੜਾ ਕੀਤਾ, ਅਜੇ ਉਸ ਕਿਸਮ ਦੀ ਐਂਟੀ ਇਨਕੰਬੈਂਸੀ ਹੈ ਨਹੀਂ ਗੀ ਜਿਹੜੀ ਐਂਟੀ ਇਨਕੰਬੈਂਸੀ ਜਿਹੜੀ ਪਹਿਲੀਆਂ ਜਿਹੜੀਆਂ ਵੱਡੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਝੱਲੀ ਆ। ਅਜੇ ਲੋਕੀ ਡੈਲਮੇ 'ਚ ਅਜੇ ਇਹਨਾਂ ਦੇ ਕਿੰਤੂ ਪਰੰਤੂ ਕਰਦੇ ਆ, ਅਜੇ ਇਹਨਾਂ ਲੋਕਾਂ ਦੀ ਜਿਹੜੀ ਕਾਰਜਸ਼ੈਲੀ ਆ ਵੀ ਤੁਸੀਂ ਹੋਰ ਹੋਣ ਕਰਕੇ ਲੋਕਾਂ ਦਾ ਸਰਕਾਰ ਵਾਲੇ ਪਾਸੇ ਝੁਕਾਅ ਵੀ ਹੁੰਦਾ, ਨਹੀਂ ਦੂਸਰੇ ਕੋਲ ਐਕਸਪੈਕਟੇਸ਼ਨ ਬਹੁਤ ਸੀ, ਇਹ ਗਲਤੀਆਂ ਵੀ ਕਰ ਰਹੇ ਆ। ਸੁਖਵਿੰਦਰ ਇਹ ਬਜਰ ਗਲਤੀਆਂ ਵੀ ਕਰ ਰਹੇ ਆ, ਇਹ ਆਪਣੇ ਏਜੰਡੇ ਤੋਂ ਬਾਹਰਲੇ ਪਾਸੇ ਵੱਲ ਜਾ ਰਹੇ ਆ। ਜਿਸ ਏਜੰਡੇ ਨੂੰ ਲੈ ਕੇ ਆਏ ਸੀ ਭਗਤ ਸਿੰਘ ਦੇ ਏਜੰਡੇ ਨੂੰ, ਬੀ ਆਰ ਅੰਬੇਦਕਰ ਦੇ ਏਜੰਡੇ ਤੋਂ, ਉਹਨੂੰ ਡੈਵੀਏਟ ਕਰ ਰਹੇ ਆ ਕਿਉਂਕਿ ਇਹ ਸਾਰਾ ਕੰਟਰੋਲ ਕਿਤੇ ਹੋਰ ਹੋ ਰਿਹਾ ਵਾ। ਸਭ ਤੋਂ ਵੱਡੀ ਸਮੱਸਿਆ ਇਹਨਾਂ ਦੀ ਇਹ ਹੈਗੀ ਆ। ਪਰ ਜਦੋਂ ਲੋਕੀ ਕੰਪੇਅਰ ਕਰਦੇ, ਵੇਖੋ ਜੇ ਤਾਂ ਦੋ ਧਿਰਾਂ ਹੋਣ ਫਿਰ ਥੋੜਾ ਮਾੜੇ ਚੰਗੇ ਦਾ ਪਤਾ ਲੱਗ ਜਾਂਦਾ, ਹੁਣ ਤੁਹਾਡੇ ਕੋਲ ਧਿਰਾਂ 4 ਹੈ ਸਵੇਰੇ, ਔਰ ਚਾਰਾਂ ਦੇ ਵਿੱਚ ਤੁਸੀਂ ਦੇਖਦੇ ਜਦੋਂ ਤੁਹਾਨੂੰ ਲੱਗਦਾ ਵੀ ਨਹੀਂ ਆਹ ਰਿਲੇਟਿਵਲੀ ਉਹ ਠੀਕ ਠਾਕ ਹੈਗਾ। ਮੈਨੂੰ ਇਹ ਲੱਗਦਾ ਕਿ ਇਹ ਇਲੈਕਸ਼ਨ ਬਹੁਤ ਇੰਟਰਸਟਿੰਗ ਹੋਊਗੀ ਅਗਲੇ ਇੱਕ ਮਹੀਨੇ ਤੱਕ, ਕਿਉਂਕਿ ਦਸੰਬਰ ਦੇ ਵਿੱਚ ਇੰਡੀਆ ਗੱਠਜੋੜ ਦੀਆਂ ਜਿਹੜੀਆਂ ਸੀਟਾਂ ਵਾ ਉਹ ਤੈਅ ਹੋ ਜਾਣੀਆਂ ਵਾ। ਔਰ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਅਕਾਲੀ ਦਲ ਬੀਜੇਪੀ ਦਾ ਨਾਲ ਨਾਲ ਆਉਣਾ ਆਲਮੋਸਟ ਜਿਹੜਾ ਹੈਗਾ ਵਾ ਕਿ ਉਹ ਲੱਗਦਾ ਹੈ, ਉਹਨਾਂ ਦੀ ਬਿਆਨ ਵੀ ਆ ਗਿਆ ਸੀ ਇੱਕ ਬਹੁਤ ਰਿਸਪੈਕਟਫੁਲ ਅਕਾਲੀ ਦਲ ਲੀਡਰ ਹੈਗੇ ਤੁਹਾਡੇ ਪਟਿਆਲੇ ਤੋਂ, ਸ਼ਾਇਦ ਉਹਨਾਂ ਦੀ ਸਟੇਟਮੈਂਟ ਵੀ ਆਈ ਸੀਗੀ ਵੀ ਇਹ ਚੱਲ ਰਹੀ ਗੱਲ।
ਇਸ ਕਰਕੇ ਜੇ ਤਾਂ ਇਹ ਬਾਈਪੋਲਰ ਇਲੈਕਸ਼ਨ ਹੁੰਦੀ ਆ ਤੇ ਬਾਈਪੋਲਰ ਇਲੈਕਸ਼ਨ ਜਿਹੜੀ ਹੁੰਦੀ ਆ ਉਹਦੀਆਂ ਜਿਹੜੀਆਂ ਸਾਰਾ ਪ੍ਰਕਿਰਿਆ ਹੋਰ ਹੁੰਦੀ ਆ। ਜੇ ਮਲਟੀ ਕਾਰਨਰ ਹੁੰਦੀ ਆ ਤੇ ਫਿਰ ਉਹਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਹੈਗਾ 27, 28, 29, 30% ਪਾਰਟੀ ਜਿਹੜੀ ਹੈਗੀ ਸਾਰੀਆਂ ਜਦੋਂ ਤੁਸੀਂ ਇਲੈਕਸ਼ਨਾਂ ਲੜਦੇ ਜੋ ਤੇ ਉਹਦੇ ਵਿੱਚੋਂ ਲੈ ਜਾਂਦੇ ਜੋ ਤੇ ਉਹ ਫਿਰ ਉਹ ਜਿਹੜਾ ਹੈਗਾ ਉਹ ਅੱਗੇ ਨਿਕਲ ਜਾਂਦਾ। ਤੋ ਇਸ ਕਰਕੇ ਇਹ ਤਾਂ ਥੋੜੇ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ, ਪਰ ਇਹ ਜ਼ਰੂਰ ਹੈਗਾ ਵਾ ਕਿ ਰਾਜਨੀਤੀ ਪੰਜਾਬ ਦੀ ਜਿਹੜੀ ਹੈਗੀ ਆ ਉਹਦਾ ਪੈਰ ਸਿਰ ਨਹੀਂ ਹੈਗਾ, ਉਹ 'ਚ ਮੁੱਦੇ ਉਹ ਜਿਹੜੇ ਆ ਨਾ ਸਾਰੇ ਲਾਂਬੇ ਹੈਗੇ, ਸਿਰਫ ਚੋਣਾਂ ਲੜਨ ਤੇ ਚੋਣਾਂ ਜਿੱਤਣ ਦੀ ਗੱਲ ਕਰਦੇ ਆ। ਆਪਾਂ ਲੋਕਾਂ ਦੇ ਮੁੱਦਿਆਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਹਟਾਇਆ ਸੀਗਾ ਜਾਂ ਇਹਨਾਂ ਨੂੰ ਲੈ ਕੇ ਆਇਆ ਸੀਗਾ, ਮੇਰੇ ਲਈ ਘੱਟੋ ਘੱਟ ਉਹ ਅਜੇ ਵੀ ਬਹੁਤ ਇੰਪੋਰਟੈਂਟ ਹੈ। ਮੇਰੀ ਵੱਲੋਂ ਕੋਈ ਵੀ ਜਿੱਤ ਜਾਵੇ, ਮੈਂ ਪਰਸਨਲ ਆਪਣੀ ਗੱਲ ਕਰਦਾ ਵਾਂ, ਜਿੱਦਾਂ ਆਉਂਦੇ ਕੋਈ ਵੀ ਹੋਵੇ ਸਾਨੂੰ ਆਪਣੇ ਕੰਮ ਦੇ ਨਾਲ ਹੈਗਾ। ਇਹ ਸਰਕਾਰ ਨੇ ਥੋੜ੍ਹਾ ਜਿਹਾ ਕੀਤਾ ਸੀ, ਇਹ ਸਰਕਾਰ ਖਾਸ ਕਰਕੇ ਫਿਰ ਮੈਂ ਕਹਿਣਾ ਚਾਹੂੰਗਾ ਇਹਦੇ ਕੋਲ ਇੰਨਾ ਮੌਕਾ ਵੱਡਾ ਸੀਗਾ ਔਰ ਜਿਸ ਤਰੀਕੇ ਨਾਲ ਲੋਕ ਇਹਦੇ ਨਾਲ ਧਿਰ ਬਣੇ ਸੀਗੇ ਇਹ ਪੰਜਾਬ ਦੀ ਕਾਇਆਕਲਪ ਕਰ ਸਕਦੇ ਸੀਗੇ, ਪਰ ਇਹਨਾਂ ਦਾ ਹਰ ਇੱਕ ਦੀ ਆਪਣੀ ਆਪਣੀਆਂ ਹੁੰਦੀਆਂ ਸਮੱਸਿਆਵਾਂ ਜਿਹਦੇ ਕਰਕੇ ਕਿਤੇ ਨਾ ਕਿਤੇ ਤੁਸੀਂ ਡੈਵੀਏਟ ਕਰਦੇ ਜੋ ਤੇ ਅਲਟੀਮੇਟਲੀ ਫਿਰ ਤੁਹਾਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਜਿੱਦਾਂ ਅਕਾਲੀਆਂ ਨੇ ਭੁਗਤਿਆ ਜਿੱਦਾਂ ਕਾਂਗਰਸ ਨੇ ਭੁਗਤਿਆ। ਆਏ ਜ਼ਰੂਰ ਹੈਗਾ ਇਕੱਲੇ ਧਾਰਮਿਕ ਮੁੱਦੇ ਤੁਹਾਨੂੰ ਤਾਕਤ ਵਿੱਚ ਨਹੀਂ ਲੈ ਕੇ ਆਉਣਗੇ, ਕਿਉਂਕਿ ਕੋਈ ਮੋਨੋਲਿਥਿਕ ਨਹੀਂ ਹੈਗਾ। ਇਹਦੇ ਨਾਲੋਂ ਜੇ ਤੁਸੀਂ ਜ਼ਿਆਦਾਤਰ ਇਹ ਅਗਰੈਸਿਵਲੀ ਲੋਕਾਂ ਦੇ ਕੋਲ ਜਾਣ, ਸਮੱਸਿਆ ਇਹਨਾਂ ਦੀ ਅਕਾਲੀ ਦਲ ਵਾਲਿਆਂ ਦੀ ਹੈਗਾ ਵੀ ਲੋਕ ਪਿੰਡਾਂ ਦੇ ਵਿੱਚ ਉਸ ਕਿਸਮ ਦੇ ਰਿਸੈਪਟਿਵ ਨਹੀਂ ਹੈਗੇ। ਜਦੋਂ ਅਕਾਲੀ ਦਲ ਦੇ ਲੀਡਰ ਪਿੰਡਾਂ 'ਚ ਆਉਂਦੇ ਤੇ ਛੋਟੇ ਛੋਟੇ ਹੁੰਦੇ ਚਾਅ ਚੜ੍ਹ ਜਾਂਦਾ ਸੀਗਾ ਵੀ ਫਲਾਨਾ ਜਥੇਦਾਰ ਆਇਆ ਵਾ, ਹੁਣ ਲੋਕੀ ਥੋੜੇ ਜਿਹੇ ਹੋਰ ਤਰੀਕੇ ਨਾਲ ਟ੍ਰੀਟ ਕਰਦੇ ਆ, ਪਰ ਉਹ ਤਿਆਰ ਕਰਨਾ ਪਊਗਾ। ਗਲਤੀਆਂ ਹੋ ਗਈਆਂ, ਤੁਸੀਂ ਇੱਥੇ ਕਹਿਤਾ ਜਾਓ ਲੋਕਾਂ ਦੇ ਕੋਲ, ਉਹਨਾਂ ਦੀ ਸੁਣੋ। ਹੁਣ ਤੁਸੀਂ ਬਾਹਰ ਜਾਓ, ਜਿਹੜੀਆਂ ਕਾਂਗਰਸ ਤੇ ਅਕਾਲੀ ਦਲ ਦੇ ਉੱਤੇ ਕੋਈ ਭਾਰ ਨਹੀਂ ਹੈਗਾ, ਨਾ ਸੈਂਟਰ ਦਾ ਕਰਕੇ ਨਾ ਪੰਜਾਬ ਕਰਕੇ, ਇਹ ਤਾਂ ਬਹੁਤ ਸਿੱਧਾ ਹੈਗਾ ਵੀ ਭਾਈ ਤੁਸੀਂ ਸਾਨੂੰ ਪਨਿਸ਼ ਕਰ ਦਿੱਤਾ, ਹੁਣ ਦੱਸੋ ਅਸੀਂ ਤੁਹਾਡੇ ਲਈ ਕੀ ਕਰੀਏ। ਉਹਨਾਂ ਨੂੰ ਫਸਟ ਪਲੇਸ ਦੇ ਵਿੱਚ ਰੱਖਣ, ਉਹਨਾਂ ਦੀ ਸਿਰਫ ਸੁਣ ਨਹੀਂ ਉੱਥੇ ਸੁਣਾਉਣ ਨਾ, ਤੇ ਫਿਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਗਰਾਊਂਡ ਤਿਆਰ ਕੀਤੀ ਜਾ ਸਕਦੀ ਆ ਕਿ ਤੁਸੀਂ ਫਿਰ ਦੁਬਾਰਾ ਇੱਕ ਜਿਹੜੀ ਹੈਗੀ ਬਹੁਤ ਇੰਪੋਰਟੈਂਟ ਰੈਲੇਵੈਂਟ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਬਹੁਤ ਲੋੜ ਆ। ਜਿਸ ਕਿਸਮ ਦਾ ਜਿਹੜਾ ਧੱਕਾ, ਜਿਸ ਕਿਸਮ ਦਾ ਜਿਹੜਾ ਜ਼ੁਲਮ ਜਾਂ ਜਿਸ ਕਿਸਮ ਦਾ ਜਿਹੜਾ ਅਟੈਕ ਆ ਫੈਡਰਲਿਜ਼ਮ ਤੇ ਹੋ ਰਿਹਾ ਹੈ, ਅਸੀਂ ਜੰਮੂ ਕਸ਼ਮੀਰ ਦੇ ਤੌਰ ਤੇ ਵੀ ਦੇਖਿਆ, ਅਸੀਂ ਦਿੱਲੀ 'ਚ ਵੀ ਦੇਖਿਆ, ਅਸੀਂ ਜੋ ਗਵਰਨਰ ਦਾ ਰੂਲ ਹੈਗਾ ਗਵਰਨਰ ਸਾਹਿਬ ਦਾ ਜਿਹੜੇ ਕੰਮ ਕਰਦੇ ਆ ਉਹਨਾਂ ਵਾਲੇ ਪਾਸੇ ਵੀ ਦੇਖਿਆ, ਜਾਂ ਅਸੀਂ ਜਿਹੜੀ ਰੂਲਿੰਗ ਪਾਰਟੀ ਉਹਦੇ ਏਜੰਡੇ ਨੂੰ ਵੀ ਦੇਖਿਆ। ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਸਵਾਏ ਹਿੰਦੀ ਹਾਰਟਲੈਂਡ ਤੋਂ ਬਾਕੀ ਜਿੰਨੇ ਸਟੇਟਾਂ ਹੈਗੀਆਂ ਜਿਨ੍ਹਾਂ ਦਾ ਆਪਣਾ ਇਤਿਹਾਸ ਹੈ, ਸੱਭਿਆਚਾਰ ਹੈ, ਆਪਣੀ ਬੋਲੀ ਹੈ, ਉੱਥੇ ਰੀਜਨਲ ਪਾਰਟੀ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ, ਉੱਥੋਂ ਦੀ ਆਈਡੈਂਟੀ ਨੂੰ ਬਚਾਉਣ ਵਾਸਤੇ, ਦੇਸ਼ ਦੀ ਏਕਤਾ ਦੇ ਖੰਡਤਾ ਨੂੰ ਹੋਰ ਤਗੜਾ ਕਰਨ ਵਾਸਤੇ। ਬਿਲਕੁਲ ਸੇਖੋ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਭਾਈ ਸਨ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ, ਜਿਹਨਾਂ ਦੇ ਵੱਲੋਂ ਇਹਨਾਂ ਮਸਲਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਸੇਖੋ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।